ਤੁਸੀਂ ਬਤੌਰ ਗਨਮੈਨ ਜੇ ਹਾਂ ਸਰ ਇਹ ਵੀਰ ਜੀ ਜਿਹੜੀ ਘਟਨਾ ਵਾਪਰੀ ਆ ਉਸ ਸਮੇਂ ਤੁਸੀਂ ਕੀ ਕਰ ਰਹੇ ਸੀ ਮੈਂ ਇੱਥੇ ਬਾਹਰ ਖੜਾ ਬੈਠਾ ਅੱਛਾ ਫਿਰ ਕਿਵੇਂ ਹੋਇਆ ਘਟਨਾ ਦੇ ਉਹਨਾਂ ਆ ਕੇ ਤਿੰਨਾਂ ਨੇ ਉੱਥੋਂ ਨਾ ਫੜਿਆ ਤੇ ਤਿੰਨ ਜਣੇ ਸੀ ਕੱਤੇ ਹੀ ਹੋਰ ਸਰ ਅੱਛਾ ਕਿਹੜੇ ਦੇ ਗੋਲਡ ਅੱਛਾ ਤਿੰਨ ਜਣੇ ਤੁਹਾਨੂੰ ਨਾ ਫੜਿਆ ਤੇ ਫਿਰ ਮੁੜ ਕੇ ਤੁਸੀਂ ਭਾਈ ਹੋਂਡੇ ਰਫੜ ਖੋਂਡੇ ਪੈ ਅੱਛਾ ਮੈਂ ਆਪਣੀ ਰੌਣ ਬਚਾਉਣ ਦੇ ਮਾਰੇ ਘੁਲਦੇ ਰਹੇ ਅੱਛਾ ਉਹ ਦੋ ਜਣੇ ਛੱਡ ਕੇ ਤੇ ਇੱਕ ਜਣਾ ਮੇਰੇ ਨਾਲ ਘੁਲਦਾ ਰਿਹਾ ਦੂਜੇ ਅੰਦਰ ਆਣ ਮੁੜੇ ਅੱਛਾ ਬਸ ਇਹਨੂੰ ਚੱਚਾ ਮੁੜ ਕੇ ਉਹਨਾਂ ਦੇ ਕੋਲ ਕੀ ਸੀ ਹਥਿਆਰ ਲੱਕੜੀ ਉਹਨਾਂ ਦੋ ਕੋਲ ਦੇ ਦੇਖੇ ਦੋ ਕੋਲ ਤੇ ਅੰਦਰ ਜਦੋਂ ਚਲੇ ਗਏ ਵੀਰ ਜੀ ਕਿੰਨੇ ਪੈਸੇ ਲੈ ਗਏ ਆ ਉਹ ਪਤਾ ਨਹੀਂ ਸਰ ਕਿੰਨੇ ਅੱਛਾ ਠੀਕ ਹੈ ਤੇ ਉਹਨਾਂ ਕੋਲ ਗੋਲੀ ਗਾਲੀ ਚਲਾਈ ਵੀਰ ਜੀ ਨਹੀਂ ਉਹਨਾਂ ਨੇ ਐਸੀ ਵਾਈ ਫੈਰ ਕੀਤੀ ਆਪਣੀ ਫਸਤ ਹੈ ਤੁਸੀਂ ਕੀਤੀ ਹਾਂਜੀ ਕਿੰਨੇ ਫੈਰ ਕੀਤੇ ਦੋ ਫੈਰ ਕੀਤੇ ਫਿਰ ਉਹ ਭੱਜ ਗਏ ਹਾਂਜੀ ਐਂਡ ਸਾਹਿਬ ਜਦੋਂ ਬੈਂਕ ਦੇ ਵਿੱਚ ਵਾਰਦਾਤ ਹੋਈ ਹੈ ਤੁਹਾਡੀ ਬੈਂਕ ਦੇ ਵਿੱਚ ਮੁਲਾਜ਼ਮ ਕਿਹੜਾ ਕਿਹੜਾ ਮੌਜੂਦ ਸੀ ਤਿੰਨ ਜਣੇ ਸੀ ਮੌਜੂਦ ਕਿਹੜੇ ਕਿਹੜੇ ਜੀ ਅਮਿਤ ਕੁਮਾਰ ਅੰਮ੍ਰਿਤਪਾਲ ਤੇ ਆਫਿਸ ਬੋਏ ਇਹ ਕੌਣ ਕੌਣ ਨੇ ਜੀ ਤਿੰਨੇ ਮੁਲਾਜ਼ਮ ਇੱਕ ਕੈਸ਼ੀਅਰ ਹਾਂਜੀ ਕੈਸ਼ੀਅਰ ਦਾ ਨਾਮ ਕੀ ਹੈ ਜੀ ਅਮਿਤ ਕੁਮਾਰ ਹਾਂਜੀ ਦੂਸਰਾ ਇੱਕ ਅੰਮ੍ਰਿਤਪਾਲ ਉਹ ਕੌਣ ਹੈ ਜੀ ਸੇਲ ਸਟਾਫ ਸੇਲ ਸਟਾਫ ਤੀਸਰਾ ਕੌਣ ਹੈ ਜੀ ਆਫਿਸ ਬੋਏ ਹੈਗਾ ਰਾਜ ਹਾਂਜੀ ਰਾਜਵਿੰਦਰ ਆਫਿਸ ਬੋਏ ਅੱਛਾ ਜੀ ਤੇ ਤੁਹਾਡਾ ਗਨਮੈਨ ਕਿੱਥੇ ਸੀ ਉਸ ਵੇਲੇ ਸਰ ਗਨਮੈਨ ਬਾਹਰ ਨਿਕਲਿਆ ਸੀ ਬੈਂਕ ਦੇ ਬਾਹਰ ਸੀ ਅੱਛਾ ਤੇ ਤੁਹਾਡੀ ਬੈਂਕ ਦੇ ਵਿੱਚ ਜਿਹੜੇ ਪੈਸੇ ਜਿਹੜੇ ਲੁੱਟੇ ਗਏ ਕਿੰਨੇ ਪੈਸੇ ਲੁੱਟੇ ਗਏ ਜੀ ਅਰਾਊਂਡ ਫਿਗਰ 10 ਲੱਖ ਦੇ ਕਰੀਬ ਹੈਗੇ ਸਰ ਇੱਕ ਘਟਨਾ ਵਾਪਰੀ ਸੀ ਕਿਵੇਂ ਵਾਪਰੀ ਕਿੰਨੇ ਜਣੇ ਆਏ ਕੀ ਇਹਨਾਂ ਕੋਲ ਹਥਿਆਰ ਸਨ ਘਟਨਾ ਜਿਹੜੀ ਵਾਪਰੀ ਕਿਵੇਂ ਵਾਪਰੀ ਜੀ ਥੋੜਾ ਜ਼ੋਰ ਦਿਓ ਜੀ ਤਿੰਨਾਂ ਨੇ ਆ ਕੇ ਗਾਰਡ ਨੂੰ ਧੱਕਾ ਮਾਰਿਆ ਉਸ ਤੋਂ ਬਾਅਦ ਦੋ ਜਣੇ ਅੰਦਰ ਆ ਗਏ ਹਾਂਜੀ ਕੈਸ਼ੀਅਰ ਨੂੰ ਪਿਸਟਲ ਦਿਖਾ ਕੇ ਅੰਦਰ ਕੈਸ਼ ਲੈ ਗਏ ਅੱਛਾ ਦਸ ਵੀਹ ਸੈਕਿੰਡ ਦੇ ਵਿੱਚ ਵਿੱਚ ਹੀ ਉਹ ਬਾਹਰ ਚਲੇ ਗਏ ਅੱਛਾ ਟੋਟਲ ਅਮਾਊਂਟ ਜਿਹੜੀ ਦੱਸਿਆ ਜੀ ਕਿੰਨੀ ਆਖਿਆ ਜੀ 10 ਲੱਖ ਦੇ ਕਰੀਬ ਹੈਗੀ ਅਮਾਊਂਟ ਨਹੀਂ 10 ਲੱਖ ਦੇ ਕਰੀਬ 9 ਲੱਖ ਹੈ ਐਗਜ਼ੈਕਟ ਅਮਾਊਂਟ ਨਹੀਂ ਹਲੇ ਵੇ ਪਤਾ ਐਂਟਰੀਸ ਸਾਰੀਆਂ ਕਰਕੇ ਉਸ ਤੋਂ ਬਾਅਦ ਹੀ ਪਤਾ ਲੱਗੇਗੀ ਅੱਛਾ ਜੀ ਜੀ ਤੇ ਜਿਹੜਾ ਦਰਜਾ 4 ਤੁਹਾਡਾ ਮੁਲਾਜ਼ਮ ਹੈ ਜੀ ਇਹ ਨਹੀਂ ਸੀ ਆਖਿਆ ਹਾਂਜੀ ਹਾਂਜੀ ਇੱਥੇ ਸੀ ਇਹ ਵੀ ਇੱਥੇ ਸੀ ਹਾਂਜੀ ਹਾਂਜੀ ਅੱਛਾ ਇਹਨਾਂ ਨਾਂ ਕੀ ਆ ਰਾਜਵਿੰਦਰ ਰਾਜਵਿੰਦਰ ਸਰ ਅੱਜ ਜਿਹੜੀ ਐਕਸਿਸ ਬੈਂਕ ਦੇ ਵਿੱਚ ਲੁੱਟਖੋਹ ਦੀ ਵਾਰਦਾਤ ਹੋਈ ਹੈ ਘਟਨਾ ਸੰਬੰਧੀ ਕੀ ਕਹਿਣਾ ਚਾਹੁੰਦੇ ਜੀ ਇਹ ਆਪਣੇ 2:30 ਵਜੇ ਦੇ ਕਰੀਬ ਇੱਕ ਤਿੰਨ ਬੰਦੇ ਸੀਗੇ ਅਤੇ ਅਣ ਪਛਾਤੇ ਆਏ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਕਰੀਬ 8-8.5 ਲੱਖ ਰੁਪਏ ਇਹਨਾਂ ਨੇ ਇੱਥੋਂ ਰੋਬਰੀ ਕੀਤੀ ਹੈਗੀ ਹੈ ਅਤੇ ਅਸੀਂ ਇੱਥੇ ਲੱਗੇ ਹੋਏ ਹਾਂ ਅਤੇ ਕੁਝ ਇੱਕ ਬੰਦੇ ਸਾਡੇ ਸਸਪੀਸ਼ੀਅਸ ਵਿੱਚ ਵੀ ਹੈਗੇ ਨੇ ਉਹਨਾਂ ਨੂੰ ਵੀ ਆਪਾਂ ਵਰਕਆਊਟ ਕਰ ਰਹੇ ਹੈਗੇ ਹਾਂ ਅਤੇ ਬਾਕੀ ਹੋਰ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਆਪਾਂ ਟਰੇਸ ਕਰਾਂਗੇ ਨਿਸ਼ਚਿਤ ਬਿਲਕੁਲ ਜੀ ਬਿਲਕੁਲ ਅਸੀਂ ਵਰਕ ਕਰ ਰਹੇ ਹਾਂ ਅਤੇ ਸਾਡੀ ਟੀਮਾਂ ਲੱਗ ਗਈਆਂ ਨੇ ਮੋਸਟ ਆਫਲੀ ਆਪਾਂ ਇਹਨਾਂ ਨੂੰ ਛੇਤੀ ਛੇਤੀ ਫੜ ਲਵਾਂਗੇ